ਅਸਲਾਮੁਆਲਿਕ ਮੇ ਰਨਵੀ ਨੂ ਅੱਜ ਅਮਨੇ ਬਣਾਏ ਹੈ ਪਰਾਠੇ ਔਰ ਸਾਥ ਓਮਲੇਟ ਇਹ ਨਾ ਤੁਸੀਂ ਕਦੀ ਕਦੀ ਖਾਣਾ ਕੋਈ ਸਪੈਸ਼ਲ ਮੌਕੇ ਤੇ ਕੋਈ ਕਾਰ ਆਏ ਤੇ ਫੇਰ ਬਣਾਈਓ ਜਾਂ ਕਦੀ ਵੀਕਐਂਡ ਤੇ ਆਪਣੀ ਫੈਮਿਲੀ ਨੂੰ ਬਣਾ ਕੇ ਦੇਓ ਰੋਜ਼ ਨਾ ਖਾਈਓ ਕਿਤੇ ਖਾ ਕੇ ਮੇਰੇ ਸਾਲ ਕਰੋ ਨਾ ਸਿਆ ਕੱਲਾ ਮ ਕਰਾਤੇ ਬਿਸਮਿਲਹ ਅੱਛਾ ਬਸ ਰੇਸ਼ਿਕ ਸਾਡੇ ਨੂੰ ਇੱਥੇ ਤੋ ਰੱਖ ਹਾਂ ਤੇ ਐਵੇਂ ਮੇਰੇ ਸਿਰੇ ਨਾ ਚੜ ਜਾਈਓ ਖਾ ਕੇ ਤੇ ਬਸ ਐ ਫੇਰ सारा हरा मसाला टमाटर धनिया प्याज और कद्दूकश किया हुआ आए हाय आलू तो नमक तो मिर्च और तीन चार अंडे डाल के इसको अच्छी तरह आपने फेंट लेना ठीक है इसको फेंट के फिर आपने रोटी पेड़ा बनाना है पेड़ की बनानी है रोटी रोटी के ऊपर आपने चौपड़ना है बटर बटर के ऊपर चौपड़ के आपने सुट देना धनिया धनिया सुट के आपने इसके ऊपर सुटनी है क्रश चिलीज मुकाबला बड़ा सख्त है बड़ी स्पीड से जा रही है वीडियो और खुशका तोड़ के फिर आपने इसको इस तरह लंबी सी पट्टी बना के उसको आपने लपेट के तो बस आपने इस तरह से ना पेड़ा सा बना के मकुठप लेना है बस फिर आपने पकड़नी है फिर आपने पकड़ना है बेलना यानी आराम ला बैठ जा किसी पास से अच्छा कुछ केड़ी शायद नु बैठ नहीं दंदी हैं <laughs> तो बस फिर इस तरह से आपने इसको uh, मेरी ते ना वीडियो दा सत्यानाश करा छड़ ਸਤਿਆਨਾਸ਼ ਕਰ ਕੀ ਮੈਂ ਰਿਕਾਰਡ ਕਰਨਾ ਇੱਥੇ ਤੇ ਕੀ ਮੈਂ ਕੁਝ ਕਰਨਾ ਬਸ ਵੇਖ ਲਓ ਆਪੀ ਕਿੱਧਰ ਜਾਂਦੀ ਪਈ ਜੇ ਰੈਸਪੀ ਤਵੇ ਦੇ ਉੱਤੇ ਸਿੱਧੀ ਹੈ ਇਹ پراਟੇ ਖਾ ਖਾ ਕੇ ਨਾ ਇਹਨਾਂ ਨੇ ਬਸ ਤੰਗ ਕਰਨਾ ਸ਼ੁਰੂ ਕੀਤਾ ਮੈਨਾਂ ਨੂੰ ਕੱਲ ਤੋਂ ਭੁੱਖਿਆਂ ਰੱਖਾਂਗੇ ਨਾ ਬੋਲਣੀ ਬਸ ਦੇਖੇ ਕਿੰਨਾ ਸੋਹਣਾ پراਠਾ ਬਣਿਆ ਜੇ ਫੁਲਕਾਰੀਆਂ ਵਾਲਾ ਹੈ ਐਸੀ ਫੁਲਕਾਰੀਆਂ ਵਾਲਾ پراਠਾ ਬਣਾਇਆ ਫਨਕਾਰੀਆਂ ਵਾਲਾ ਤੋਂ ਬਸ ਫਿਰ ਇਸ ਕੋ ਹਮਨੇ ਚੰਗੀ ਤਰ੍ਹਾਂ ਸੇਕ ਕੇ ਤੇ ਅਸੀਂ ਇਹਨੂੰ ਲਾ ਲਿਆ ਫਿਰ ਮੈਂ ਕਿਹਾ ਚਲੋ ਚਾਹ ਰੱਖ ਲਈ ਅਦਰਕ ਵਾਲੀ ਇਲਾਚੀ ਵਾਲੀ ਚਾਹ ਸੌਂਫ ਵਾਲੀ ਸਿਨੇਮਾਸਟਿਕ ਤੇ ਇਲਾਚੀ ਪੱਤੀ ਪਾ ਪੋ ਕੇ ਜਿਹੜੇ ਉਬਲਣ ਲੱਗ ਪਈ ਉਬਾਲੀਆਂ ਮਾਰਨ ਲੱਪੀ ਇਸ ਕੋ ਬੰਦ ਕਰ ਦੇ ਮੈਨੂੰ ਕਰ ਲਨ ਦਿਓ ਸਿਆਪਾ ਆਪਣਾ ਬਸ ਚਾਹ ਫਿਰ ਜਦ ਉਬਲਣ ਲੱਗ ਗਈ तो बस फिर हमने ना उबालिया मारन ला पी उन्होंने गुस्सा चढ़ गया जो <laughs> बस हमने पैन गरम किया उसमें हमने डोला सारा ऑमलेट का मिक्सचर हमने पकड़ा चम्मच चम्मच पकड़ के हमने लगवाई इसकी बाजी मजाले हुए टूटा किड्डी अंडरस्टैंडिंग है साढ़े ऑमलेट नाल <laughs> इसको हमने लपेटा और बस लपेट के हमने इसके कर लिया तीन टोटे और बस फिर हमने इसको रखा साइड पर चाय हमारी पहले दम पे थी वेखो कि बनी है तो बस हमने इसको निकाला कप के अंदर सोना सा सवार के ਤੋ ਆਪਣੇ ਪਿਆਰੋਂ ਕੋ ਬਨਾਏ ਔਰ ਉਨਕੇ ਕੋ ਖਿਲਾਏ ਆਪਕੇ ਘਰ ਮਹਿਮਾਨ ਆਏ ਹੋ ਤੋ ਇਹ ਨਾਸ਼ਤਾ ਬਨਾਏ ਉਨਾਂ ਨੂੰ ਖਵਾਓ ਹੈ ਤੇ ਸਾਡੇ ਘਰ ਤੇ ਵੈਸੇ ਬੜਾ ਇhtimam ਹੁੰਦਾ ਸੀ ਮਹਿਮਾਨਾਂ ਦੇ ਹੱਲੇ ਵੀ ਮੇਰੇ ਘਰ ਵੀ ਕੋਈ ਆਏ ਤੇ ਮੈਂ ਵੀ ਬਹੁਤ ਹੀ ਖੁਸ਼ੀ ਸੇ ਬਣਾਤੀ ਔਰ ਖਿਲਾਤੀ ਔਰ ਮੈਨੂੰ ਬੜੇ ਚੰਗਾ ਲੱਗਦਾ ਠੀਕ ਹੈ ਆਈ ਹੋਪ ਆਪਕੋ ਅੱਛਾ ਲਗਾ ਓਕੇ ਜੀ ਬਾਏ